ਦਾ ਸੋਚ ਰਿਹਾ ਸੀ ਇਹ ਅਸ਼ੀਰਵਾਦ ਬਾਬਾ ਦੇਵ ਸਿੰਘ ਜੀ ਮਹਾਰਾਜ ਕੋ ਲਿਆ ਜਾਵੇ ਇੱਕ ਛੋਟੀ ਜੀ ਗਲ ਧਿਆਨ ਚਾਹੀ ਉਹੀ ਰੱਖ ਕੇ ਇੱਜ਼ਜਤ ਲਵਾਵਾਂਗਾ ਬਾਈ ਰੋਡ ਸਾਧ ਸੰਗਤ ਕਿਤੇ ਟਰੈਵਲ ਕਰਦੇ ਹੋਵੋ ਕਈ ਵਾਰੀ ਕੋਈ ਟ੍ਰੈਫਿਕ ਰੂਲ ਦੀ ਉਲੰਘਣਾ ਵੀ ਹੋ ਜਾਂਦੀ ਹੈ ਕੋਈ ਰੂਲ ਟੁੱਟ ਵੀ ਜਾਂਦਾ ਹੁਣ ਆਫੀਸਰ ਔਨ ਡਿਊਟੀ ਉਹ ਰੋਕ ਲੈਂਦੇ ਨੇ ਬਿਲਕੁਲ ਸਹੀ ਰੋਕਿਆ ਆਪਣੀ ਡਿਊਟੀ ਕਰ ਰਹੇ ਨੇ ਉਹ ਕਹਿੰਦੇ ਭਾਈ ਤੂੰ ਗਲਤੀ ਕੀਤੀ ਹੈ ਤੈਨੂੰ ਚਲਾਨ ਘਟਾਣਾ ਪਏਗਾ ਤੈਨੂੰ ਫਾਈਨ ਭਰਨਾ ਪਏਗਾ ਬਿਲਕੁਲ ਠੀਕ ਹੈ ਕਾਨੂੰਨ ਹੈ ਪਰ ਅੱਜ ਕੱਲ ਇੱਕ ਬੜਾ ਵਧੀਆ ਹੱਲ ਨਿਕਲ ਆਇਆ ਸਲੂਸ਼ਨ ਨਿਕਲ ਆਇਆ ਅਸੀਂ ਕੀ ਕਰਦੇ ਆ ਅਸੀਂ ਸੋਚਦੇ ਆ ਕੋਈ ਮਾਪੁਰਸ਼ ਹੋਵੇ ਇਸੇ ਡਿਪਾਰਟਮੈਂਟ ਚ ਕੋਈ ਵਾਕਫ ਹੋਵੇ ਕੋਈ ਦੋਸਤ ਹੋਵੇ ਜੇਬ ਚੋਂ ਫੋਨ ਕੱਢਦੇ ਆ ਨੰਬਰ ਲਾਂਦੇ ਆ ਉਹ ਭਾਈ ਸਾਹਿਬ ਜਰਾਣਾ ਫਰਲੇ ਆ ਨਾ ਨੇ ਕਿਰਪਾ ਕਰੋ ਗੱਲ ਕਰ ਲਓ ਹੁਣ ਸਾਧ ਸੰਗਤ ਧਿਆਨ ਨਾਲ ਜਰਾ ਇਸ ਗੱਲ ਨੂੰ ਵਿਚਾਰਨਾ ਆਪਣੇ ਮਨ ਵਿੱਚ ਜ਼ਰੂਰ ਗਲਤੀ ਕੀਤੀ ਹੈ ਜ਼ਰੂਰ ਕੀਤੀ ਹੈ ਪਰ ਫਿਰ ਵੀ ਬਚ ਜਾਂਦੇ ਆ ਕਿਉਂ ਕੀ ਕਾਰਨ ਹੈ ਕਿਉਂਕਿ ਉਹ ਜੋ ਹਾਇਰ ਅਥਾਰਟੀ ਹੈ ਉਹ ਫੋਨ ਕਰਕੇ ਕਹਿ ਦਿੰਦੀ ਆਪਣਾ ਹੀ ਬੰਦਾ ਯਾਰ ਛੱਡ ਦੇ ਨੂੰ ਦਾ ਸਾਧ ਸੰਗਤ ਅਸ਼ੀਰਵਾਦ ਲੈ ਰਿਹਾ ਗੁਸਥਾਖੀ ਵੀ ਕਰ ਰਿਹਾ ਹੈ ਬਾਬਾ ਜੀ ਸਾਡੀ ਹੋਰ ਕਿਸੇ ਅਫਸਰ ਨਾਲ ਵਾਕ ਵੀ ਨਹੀਂ ਹੈ ਬਹੁਤ ਸੋਣਾ ਅੱਜ ਇਹ ਮੌਕਾ ਮਿਲਿਆ ਦਾਸ ਇਸ ਮੌਕੇ ਦਾ ਫਾਇਦਾ ਉਠਾਉਂਦਾ ਹੋਇਆ ਸਾਰੀ ਸੰਗਤ ਲਈ ਅਰਦਾਸ ਕਰ ਰਿਹਾ ਹੈ 바ਵਾ ਜੀ ਹਜ਼ੂਰ ਪਾਤਸ਼ਾਹ ਆਪ ਜੀ ਨੇ ਆਪਣਾ ਫੋਨ ਨੰਬਰ ਸਿਮਰਨ ਰੂਪ ਚ ਤਾਂ ਦੇ ਹੀ ਰੱਖਿਆ ਦੇ ਰੱਖਿਆ ਨਾ ਸਾਧ ਸੰਗਤ ਆਪ ਜੀ ਨੇ ਫੋਨ ਨੰਬਰ ਤਾਂ ਦੇ ਹੀ ਰੱਖਿਆ ਸਿਮਰਨ ਰੂਪ ਵਿੱਚ ਕਿਰਪਾ ਕਰੋ ਆਪ ਜੀ ਦਾ ਸੰਤ ਕੋਈ ਵੀ ਕਿਸੇ ਵੀ ਮੁਸ਼ਕਿਲ ਚ ਫਸ ਕੇ ਆਪ ਜੀ ਦੀ ਗੱਲ किसी भी मुश्किल ना कराए आप जी कह देना अपना ही बंदा है छड़ दे यार छड़ दे यार सत्संग जी प्यार से बोलिए धन का जी सत्संग जी प्यार से बोलिए धनकार बहुत ही